हुण साडे गुरु नानक पातशाह नूं कोई गलत बोलूगा पर असीं तां मरे हुए हो गए। हले एक जिहड़ा महाराज दी बेअदबी करदा मंदा चंगा बोलदा उहदा सोधा लाओ। पातशाह ने कलगीधर पातशाह ने कहा एक बार हाथ जोड़ो दो बार हाथ जोड़ो तीजी बार अपनी तेग नूं हाथ पा लो। असीं इत्थे धरने ला रहे हां कल साडी कोई धी भैण नूं चक के लै जावे उहदा रेप कर दे ते असीं इत्थे धरना ला के बह जाइए। जिहड़ा अत चकदा ना ते अंत भी सिख खालसा ही करदा उहदा अंत। बथेरे चढ़ के आए ने इंदिरा गांधी वर्गी चढ़ के आई है इत्थे समा आउंदा भी नहीं रहा। इन्हां नूं कहिंदे ने सेवसा वाले कहिंदे ने असीं उहां साडा ही है सब कुछ इत्थे। इन्हां नूं सुध सीधा चंगी तरह सुधा लाउणा चाहीदा इहनां दा। ਜਦੋਂ ਸਾਡੇ ਦਾੜੇ ਨੂੰ ਕੋਈ ਫੜੂਗਾ ਆ ਕੇ ਤੇ ਫਿਰ ਅਸੀਂ ਤਾਂ ਵੱਢ ਟੁੱਕ ਕਰਨੀ ਹੋਵਾਂ। ਫਿਰ ਇਹ ਕਹਿੰਦੇ ਨੇ ਸਿੰਘ ਤੱਤੇ ਚੱਲਦੇ ਨੇ। ਜਦੋਂ ਫਿਰ ਕਿਸੇ ਦਾ ਗਾਟਾ ਲੈ ਜਾਂਦਾ ਜਾਂ ਕਿਸੇ ਦਾ ਗੁੱਟ ਵੱਢਿਆ ਜਾਂਦਾ ਫਿਰ ਇਹ ਕਹਿੰਦੇ ਨੇ ਤੁਸੀਂ ਸਾਡੇ ਕੋਲ ਪੁਲਿਸ ਪ੍ਰਸ਼ਾਸਨ ਕੋਲ ਕਿਉਂ ਨਹੀਂ ਆਏ? ਠੀਕ ਹੈ ਜੀ, ਪਰ ਸਾਨੂੰ ਪੁਲਿਸ ਪ੍ਰਸ਼ਾਸਨ 'ਤੇ ਕੋਈ ਵਿਸ਼ਵਾਸ ਨਹੀਂ। ਸਾਨੂੰ ਸਾਡੇ ਅਕਾਲ ਪੁਰਖ 'ਤੇ ਵਿਸ਼ਵਾਸ ਆ, ਜੋ ਸਾਨੂੰ ਉਹ ਹੁਕਮ ਦਏਗਾ ਫਿਰ ਇਹਨਾਂ ਦੇ ਸੋਧੇ ਲੱਗਣੇ ਨੇ। ਕੀ ਮੰਗੀਏ ਜੀ, ਜਦੋਂ 84 ਦਾ ਇਨਸਾਫ਼ ਨਹੀਂ ਸਾਨੂੰ ਮਿਲਿਆ ਹੁਣ ਇਹਨਾਂ ਨੇ ਕੀ ਇਨਸਾਫ਼ ਦੇਣਾ? ਸਾਨੂੰ ਨਹੀਂ ਦੇ ਸਕਦੇ ਇਨਸਾਫ਼। ਪਹਿਰਾਵਾ ਬਾਣੇ ਦਾ ਹੀ ਆ ਪਰ ਕਿਰਦਾਰ ਬਾਣੇ ਦਾ ਨਹੀਂ ਹੈਗਾ। ਅਸੀਂ ਬਾਣਾ ਜ਼ਰੂਰ ਪਾ ਲੈਂਦੇ ਹਾਂ, ਬਾਣਾ ਪਾਈ ਫਿਰਦੇ ਹਾਂ ਪਰ ਅਸੀਂ ਮਰੇ ਹੋਏ ਅੰਦਰੋਂ। ਸਾਡੇ ਨਾਲ ਇਸ ਵੇਲੇ ਨਿਹੰਗ ਸਿੰਘ ਜਥੇਬੰਦੀਆਂ ਵੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀਆਂ ਘਟਨਾਵਾਂ ਲਗਾਤਾਰ ਆ ਰਹੀਆਂ ਨੇ, ਕਦੇ ਬੇਅਦਬੀ ਹੋ ਜਾਂਦੀ ਹੈ, ਕਦੇ ਗੁਰੂ ਮਹਾਰਾਜ ਜੀ ਦੇ ਖਿਲਾਫ ਅਪਸ਼ਬਦ ਬੋਲੇ ਜਾਂਦੇ ਨੇ, ਇਹ ਕਿਤੇ ਨਾ ਕਿਤੇ ਧਾਰਮਿਕ ਜਿਹੜਾ ਭਾਈਚਾਰਾ ਆ ਆਪਣੇ ਦੇਸ਼ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਉਹਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਹਾਂਜੀ ਹਾਂਜੀ, ਠੇਸ ਵੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ। ਅਤੇ ਜਿਹੜੇ ਸਾਡੇ ਹਿੰਦੂ ਵੀਰ ਨੇ ਉਹਨਾਂ ਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ। ਜਿਹੜੇ ਇਹਨਾਂ ਨੂੰ ਕਹਿੰਦੇ ਨੇ ਸੇਵਸਾਂ ਵਾਲੇ ਕਹਿੰਦੇ ਨੇ ਅਸੀਂ ਉਹਾਂ ਸਾਡਾ ਹੀ ਹੈ ਸਭ ਕੁਝ ਇੱਥੇ, ਇਹਨਾਂ ਨੂੰ ਸੁੱਧ ਸਿੱਧਾ ਚੰਗੀ ਤਰ੍ਹਾਂ ਸੁੱਧਾ ਲਾਉਣਾ ਚਾਹੀਦਾ ਇਹਨਾਂ ਦਾ। ਹੁਣ ਸਾਡੇ ਗੁਰੂ ਨਾਨਕ ਪਾਤਸ਼ਾਹ ਨੂੰ ਕੋਈ ਗਲਤ ਬੋਲੂਗਾ ਫਿਰ ਅਸੀਂ ਤਾਂ ਮਰੇ ਹੋਏ ਹੋ ਗਏ। ਜਦੋਂ ਸਾਡੇ ਦਾੜੇ ਨੂੰ ਕੋਈ ਫੜੂਗਾ ਆ ਕੇ ਤਾਂ ਫਿਰ ਅਸੀਂ ਤਾਂ ਵੱਢ ਟੁੱਕ ਕਰਨੀ ਹੋਵਾਂ। ਫਿਰ ਇਹ ਕਹਿੰਦੇ ਨੇ ਸਿੰਘ ਤੱਤੇ ਚੱਲਦੇ ਨੇ, ਕੀ ਕਰੀਏ, ਕਿੱਥੇ ਜਾਈਏ, ਕਿਹਨੂੰ ਫਰਿਆਦ ਕਰੀਏ? ਪੁਲਿਸ ਮੁਲਾਜ਼ਮ ਕੀ ਕਰਦੇ ਨੇ? ਪੁਲਿਸ ਮਹਿਕਮਾ ਕੀ ਕਰ ਰਿਹਾ? ਇਹ ਵੀ ਸਿੱਖ ਨੇ ਪੁਲਿਸ ਮੁਲਾਜ਼ਮ ਵੀ, ਇਹਨਾਂ ਦੀ ਵੀ ਦਸਤਾਰਾਂ ਸਜਾਈਆਂ ਨੇ, ਇਹਨਾਂ ਨੂੰ ਵੀ ਸ਼ਰਮ ਚਾਹੀਦੀ ਹੈ ਮਾੜੀ ਮੋਟੀ। ਨਾਲੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਕਿਹਾ ਗਿਆ ਨਾ ਕਿ ਅਸੀਂ ਉਹ ਬੰਦੇ ਨੂੰ ਫੜ ਲਵਾਂਗੇ, ਪਰ ਜਿਹੜੀ ਆਡੀਓ ਤੁਸੀਂ ਕਲਿੱਪ ਦੇ ਵਿੱਚ ਸੁਣ ਰਹੇ ਹੋ ਉਹ ਬੰਦੇ ਦੀ ਹੀ ਹੈ, ਤੁਹਾਨੂੰ ਪ੍ਰੂਫ ਕਰਨੀ ਪਏਗੀ। ਉਹ ਕਿਵੇਂ ਪ੍ਰੂਫ ਕੀਤਾ ਜਾਏਗਾ? ਇਹ ਉਹ ਪ੍ਰੂਫ ਜੇ ਹੋਇਆ ਤਾਂ ਹੀ ਧਰਨਾ ਲਾ ਕੇ ਬੈਠੇ ਨੇ ਜੀ ਇੱਥੇ। ਉਹੀ ਪੁਲਿਸ ਪ੍ਰਸ਼ਾਸਨ ਨੂੰ ਪੁੱਛਣਾ ਹੈ, ਜੇਕਰ ਫੜਨਾ ਵੀ ਅਸੀਂ ਹੈ ਤੇ ਅਸੀਂ ਸਾਰਾ ਕੁਝ ਅਸੀਂ ਸਬੂਤ ਵੀ ਅਸੀਂ ਦੇਣੇ ਆ ਤੇ ਫਿਰ ਅਸੀਂ ਫੈਸਲਾ ਨਹੀਂ ਸੁਣਾ ਸਕਦੇ ਆਪ? ਹਾਂਜੀ ਹਾਂ, ਸੁਣਾ ਸਕਦੇ ਹਾਂ ਜੀ। ਫਿਰ ਕਹਿਣਗੇ ਸਿੰਘ ਤੱਤੇ ਚੱਲਦੇ ਨੇ ਜੀ, ਜਦੋਂ ਫਿਰ ਕਿਸੇ ਦਾ ਗਾਟਾ ਲੈ ਜਾਂਦਾ ਜਾਂ ਕਿਸੇ ਦਾ ਗੁੱਟ ਵੱਢਿਆ ਜਾਂਦਾ ਫਿਰ ਇਹ ਕਹਿੰਦੇ ਨੇ ਤੁਸੀਂ ਸਾਡੇ ਕੋਲ ਪੁਲਿਸ ਪ੍ਰਸ਼ਾਸਨ ਕੋਲ ਕਿਉਂ ਨਹੀਂ ਆਏ? ਠੀਕ ਹੈ ਜੀ, ਪਰ ਸਾਨੂੰ ਪੁਲਿਸ ਪ੍ਰਸ਼ਾਸਨ 'ਤੇ ਕੋਈ ਵਿਸ਼ਵਾਸ ਨਹੀਂ, ਸਾਨੂੰ ਸਾਡੇ ਅਕਾਲ ਪੁਰਖ 'ਤੇ ਵਿਸ਼ਵਾਸ ਆ। ਜੋ ਸਾਨੂੰ ਉਹ ਹੁਕਮ ਦਏਗਾ ਫਿਰ ਇਹਨਾਂ ਦੇ ਸੋਧੇ ਲੱਗਣੇ ਨੇ। ਸਾਨੂੰ ਇਹਨਾਂ ਤੱਕ ਪੁਲਿਸ ਜਿਹੜੇ ਖਾ ਪਾਈ ਫਿਰਦੇ ਨੇ ਖਾਕੀ ਵਰਦੀਆਂ, ਇਹਨਾਂ 'ਤੇ ਸਾਨੂੰ ਕੋਈ ਵਿਸ਼ਵਾਸ ਨਹੀਂ ਕਿਉਂਕਿ ਇਹ ਖੁਦ ਸਿੱਖ ਨੇ। ਜਦੋਂ ਇਹਨਾਂ ਨੂੰ ਨਹੀਂ ਹੈਗਾ ਕੁਛ ਸ਼ਰਮ ਹੈ, ਇਹਨਾਂ ਨੂੰ ਨਹੀਂ ਹੈਗੀ, ਠੀਕ ਹੈ ਨਾ ਜੀ, ਫਿਰ ਪ੍ਰਸ਼ਾਸਨ ਨੇ ਅੱਗੇ ਇਹਨੇ ਕਰਨਾ ਕੀ ਆ? ਪਹਿਲੀ ਵਾਰ ਨਹੀਂ ਹੋਇਆ ਹੈਗਾ, ਇਸ ਤੋਂ ਪਹਿਲਾਂ ਵੀ ਕਈ ਵਾਰ ਗੁਰੂ ਨਾਨਕ ਦੇਵ ਜੀ ਦੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀਆਂ ਤਸਵੀਰਾਂ ਨੂੰ ਲੈ ਕੇ ਵੀ ਛੇੜਖਾਨੀ ਕੀਤੀ ਗਈ ਹੈ, ਉਸ ਦੇ ਖਿਲਾਫ ਵੀ ਕੋਈ ਕਾਰਵਾਈ ਹਾਲੇ ਤੱਕ ਨਹੀਂ ਹੋਈ ਹੈ, ਉਹਦੇ ਬਾਰੇ ਕੀ ਕਹੋਗੇ? ਕੀ ਮੰਗੀਏ ਜੀ, ਜਦੋਂ 84 ਦਾ ਇਨਸਾਫ਼ ਨਹੀਂ ਸਾਨੂੰ ਮਿਲਿਆ ਹੁਣ ਇਹਨਾਂ ਨੇ ਕੀ ਇਨਸਾਫ਼ ਦੇਣਾ? ਸਾਨੂੰ ਨਹੀਂ ਦੇ ਸਕਦੇ ਇਨਸਾਫ਼, ਇਨਸਾਫ਼ ਤਾਂ ਅਕਾਲ ਪੁਰਖ ਨੇ ਦੇਣਾ, ਉਹ ਵੀ ਸਾਡੇ ਹੱਥੋਂ ਦਵਾਊਗਾ। ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸਿੰਘੂ ਬਾਰਡਰ 'ਤੇ ਜਿਹੜਾ ਸੋਧਾ ਲਗਾਇਆ ਗਿਆ, ਕੁਝ ਲੋਕ ਕਹਿੰਦੇ ਨੇ ਉਹ ਜਾਇਜ਼ ਹੈ, ਕੁਝ ਲੋਕ ਕਹਿੰਦੇ ਨੇ ਨਜਾਇਜ਼ ਹੈ, ਜਿਹੜੇ ਬੋਲ ਰਹੇ ਨੇ ਕਿ ਗਲਤ ਹੈ, ਉਹਨਾਂ ਨੂੰ ਕੀ ਜਵਾਬ ਦੇਣਾ ਚਾਹੋਗੇ? ਅਸੀਂ ਤਾਂ ਇਹ ਪੁੱਛਦੇ ਹਾਂ ਵੀ ਫਿਰ ਮੱਸਾ ਰੰਗੜ ਜਾਇਜ਼ ਸੀ? ਜੇ ਮੱਸਾ ਰੰਗੜ ਜਾਇਜ਼ ਸੀ ਫਿਰ ਉਹਨਾਂ ਨੇ ਜਿਹੜਾ ਉੱਥੇ ਕੰਮ ਕੀਤਾ ਉਹ ਨਜਾਇਜ਼ ਕੀਤਾ? ਜੇ ਤਾਂ ਮੱਸੇ ਰੰਗੜ ਨੂੰ ਇਹ ਲੋਕ ਆਪਣਾ ਪਿਓ ਮੰਨਦੇ ਨੇ ਫਿਰ ਉਹਨਾਂ ਦੇ ਹਿਸਾਬ ਨਾਲ ਉਹ ਨਜਾਇਜ਼ ਹੋਇਆ, ਪਰ ਅਸੀਂ ਕਲਗੀਧਰ ਪਾਤਸ਼ਾਹ ਨੂੰ ਆਪਣਾ ਬਾਪੂ ਸਮਝਦੇ ਹਾਂ, ਸਾਡੇ ਹਿਸਾਬ ਨਾਲ ਸਹੀ ਹੋਇਆ। ਹੱਲੇ ਇੱਕ ਆ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਮੰਦਾ ਚੰਗਾ ਬੋਲਦਾ ਉਹਦਾ ਸੋਧਾ ਲਾਓ, ਜਾਂ ਤਾਂ ਕਿ ਅੱਗੇ ਤੋਂ ਬੰਦਿਆਂ ਨੂੰ ਅਕਲ ਆਵੇ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10 ਗੁਰੂ ਸਾਹਿਬਾਨ ਨੇ ਪੂਰੀ ਇਨਸਾਨੀਅਤ ਲਈ ਕੁਰਬਾਨੀ ਕੀਤੀ ਆ, ਇਕੱਲੇ ਸਿੱਖ ਧਰਮ ਨਹੀਂ ਲਈ। ਅਸੀਂ ਕੀ ਕਰ ਰਹੇ ਹਾਂ? ਅਸੀਂ ਮਹਾਰਾਜ ਦਾ ਮਜ਼ਾਕ ਬਣਾ ਰਹੇ ਹਾਂ।
कुछ लोग ये भी कहते हैं भी जो सिख धर्म के आपसी भाईचारा नहीं बनता पाया, क्योंकि निहंग सिंह जथेबंदियों के वालों जो तो सौदा लगाया गया सी, ते आपस दे विच ही वो लड़ते नजर आए थे। कुछ लोग कह रहे थे सही कर रहे हो, तुसी कह रहे हो, कुछ कोई जथेबंदी कह रही थी भी गलत कर, आपसी फोटी नहीं सामी जा रही। नहीं सामी जा रही जी, वो बारे तुसी की जे साडा एक हो एक निशान साहब के हेठा होवे तो इन चीज़ों को ठल पैनी है, नहीं पैनी, पहरावा बाने का ही आ पर किरदार बाने का नहीं है। असी बाणा जरूर पा लें, बाणा पाई फिरते हैं पर असी मरे हुए अंदरों की मूँह दिखावे पातशाह भी असी बाणे सजाने शास्त्र पाए ने, तो असी इन्हें निकम्मे बंदियों सोध नहीं सकते। जिमें पिंडरा वाले संत भी कहते हैं तो कई लोग आतंकवादी भी कहते हैं, पर एक स्टेटमेंट आई सी कहते भी जेकर भी अपने सिख धर्म हुण नहीं संभिया तो सिर्फ तुसी कैंडल मार्च करन जोगे रह जाओगे, कि उही समा आ नहीं गया। नहीं असी ना धरने के हक च विच नहीं हाँ, सिख गुरु साहबान ने कहते धरना नहीं लाया, सिख पातशाह ने कलगीधर पातशाह ने कहा एक बार हाथ जोड़ो, दो बार हाथ जोड़ो, तीजी बार अपनी तेग नू हाथ पा लो। जो कोई चढ़ के आ गया साढ़े ते उन्हूं एक बार समझा लो, दो बार पर हुण तां साढ़े चांस भी 100 बार तो वध व्याद भी होगी। इहदा मतलब असी निकम्मे हाँ, असी खुद निकम्मे हाँ, बाणे पा के निकम्मे काम कर रहे हैं असी। असी इत्थे धरने ला रहे हैं, कल साडी कोई धी भैण नू चक के लै जावे उहदा रेप कर दे ते असी इत्थे धरना ला के बह जाइए। हो रहा है मार्केट पूरी देखिया जाए समाज दे विच ही शास्त्र असी कद लई रखे ने, इहदा मतलब दिखावे लई रखे ने असी शास्त्र। साडियां जमीरां मर गईआं, कोई किसे लई नहीं लड़ रहा इत्थे, ये भी इत्थे बैठ जाना आ के धरने ला ले, उहनू गिरफ्तार कर लो जी, उहने 6 महीने बाद जमानत ते बाहर आ जाणा, फिर सब ने मर जाना, ठंडियां हो जाणियां जमीरां सब दीआं। ਉਹਨੂੰ ਨਹੀਂ ਲੱਗਦਾ ਕਿ ਇਹ ਵੀ ਲੱਗ ਰਿਹਾ ਕਿ ਲੱਗ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਘਟਨਾ ਆ ਰਹੀ ਹੈ, ਪਹਿਲਾਂ ਲਖੀਮਪੁਰ ਖੇਰੀ ਦੇ ਵਿੱਚ ਕਿਸਾਨਾਂ ਨੂੰ ਦਰੜ ਦਿੱਤਾ, ਫਿਰ ਆ ਬੇਅਦਬੀ ਹੋ ਗਈ, ਸਾਰਾ ਦਾ ਧਿਆਨ ਬੇਅਦਬੀ ਵੱਲ ਚਲਾ ਗਿਆ ਤਾਂ ਲਖੀਮਪੁਰ ਖੇਰੀ ਇਹਨਾਂ ਵੱਲ ਕੋਈ ਦੇਖ ਹੀ ਨਹੀਂ ਰਿਹਾ, ਸੁਣ ਹੀ ਨਹੀਂ ਰਿਹਾ। ਹੁਣ ਇਹ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਬਾਰੇ ਗਲਤ ਸ਼ਬਦਾਵਲੀ ਵਰਤੀ ਹੈ, ਕਿਤੇ ਨਾ ਕਿਤੇ ਉੱਧਰੋਂ ਵੀ ਧਿਆਨ ਭਟਕਾਉਣ ਦਾ ਇੱਕ ਮੁੱਦਾ ਹੋ ਸਕਦਾ ਹੈ। ਧਿਆਨ ਇਹ ਭੜਕਾਉਂਦੇ ਨੇ ਵੀ ਧਿਆਨ ਵੀ ਭੜਕਾਉਂਦੇ ਨੇ, ਸਾਨੂੰ ਵੀ ਟਟੋਲ ਟਟੋਲ ਦੇਖਦੇ ਨੇ ਵੀ ਇਹ ਜਿਉਂਦੇ ਨੇ ਕਿ ਮਰ ਗਏ ਨੇ। ਹੁਣ ਸਾਡਾ ਖੂਨ ਵੀ ਪਾਣੀ ਹੋ ਗਿਆ, ਜੇ ਸਾਡਾ ਖੂਨ ਪਾਣੀ ਹੋਇਆ ਇਹ ਤਾਂ ਹੀ ਇਹ ਚੀਜ਼ਾਂ ਕਰ ਰਹੇ ਨੇ ਇਹ। ਜੇ ਸਾਡਾ ਸਮਝ ਗਏ ਇਹ ਸਭ ਕੁਛ ਵੀ ਸਿੱਖ ਕੁਛ ਨਹੀਂ ਕਰਨ ਜੋਗੇ, ਸ਼ਰੇਆਮ ਉਹਨਾਂ 'ਚ ਨਹੀਮਤ ਆ ਗਈ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਰਹੇ ਨੇ ਵੀਡੀਓਜ਼, ਸੋਸ਼ਲ ਮੀਡੀਆ 'ਤੇ ਲਾਈਵ ਆ ਕੇ ਜਿਹੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਸਿੱਖ ਜਥੇਬੰਦੀਆਂ ਨੂੰ ਲਲਕਾਰਿਆ ਜਾ ਰਿਹਾ ਹੈ, ਅਤੇ ਸ਼ਰੇਆਮ ਸ਼ਿਵ ਸੈਨਾ ਆਗੂ ਹੋਵੇ ਜਾਂ ਕੋਈ ਕਿਸੇ ਵੀ ਹੋਰ ਜਿਹੜੇ ਨੇ ਕਮੇਟੀਆਂ ਬਣੀਆਂ ਹੋਈਆਂ ਨੇ, ਲਗਾਤਾਰ ਸੋਸ਼ਲ ਮੀਡੀਆ 'ਤੇ ਆ ਕੇ ਗਲਤ ਸ਼ਬਦਾਵਲੀ ਵਰਤੀ ਜਾ ਰਹੀ ਹੈ, ਲਲਕਾਰਿਆ ਜਾ ਰਿਹਾ, ਉਹਦੇ ਬਾਰੇ ਕੀ ਕਹੋਗੇ? ਚਲੋ ਲਲਕਾਰ ਨਾ ਦਿਓ ਜੀ, ਕਲਗੀਧਰ ਪਾਤਸ਼ਾਹ ਨੇ ਸਮਾਂ ਨੇੜੇ ਹੀ ਆ, ਇਹਨਾਂ ਦਾ ਵੀ ਅੰਤ ਹੋ ਜੂਗਾ, ਜਿਹੜਾ ਅੱਤ ਚੱਕਦਾ ਨਾ ਅਤੇ ਅੰਤ ਵੀ ਸਿੱਖ ਖਾਲਸਾ ਹੀ ਕਰਦਾ, ਉਹਦਾ ਅੰਤ ਬਥੇਰੇ ਚੜ੍ਹ ਕੇ ਆਏ ਨੇ, ਇੰਦਰਾ ਗਾਂਧੀ ਵਰਗੀ ਚੜ੍ਹ ਕੇ ਆਈ ਹੈ ਇੱਥੇ, ਸਮਾਂ ਉਹਦਾ ਵੀ ਨਹੀਂ ਰਿਹਾ, ਸਮਾਂ ਰਹਿਣਾ ਅਕਾਲ ਪੁਰਖ ਦਾ, ਉਹਦਾ ਨਾਮ ਰਹਿਣਾ, ਅਸੀਂ ਤਾਂ ਆਈ ਚਲਾਈ ਹਾਂ, ਅਸੀਂ ਆ ਗਏ ਅਤੇ ਚਲੇ ਗਏ, ਉਹਦਾ ਨਾਮ ਸਦਾ ਰਹਿਣਾ। ਇਹ ਕਲਯੁੱਗ ਦਾ ਪ੍ਰਭਾਵ ਹੈ, ਇਹ ਅਕਾਲ ਪੁਰਖ ਆਪਣੇ ਉੱਤੇ ਲੈ ਰਿਹਾ ਹਰ ਗੱਲ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਾਡੇ ਲਈ ਸਾਡਾ ਮਾਤਾ ਵੀ ਆ, ਸਾਡਾ ਪਿਤਾ ਵੀ ਆ, ਸਾਡਾ ਭੈਣ ਵੀ ਆ, ਸਾਡਾ ਭਰਾ ਵੀ ਆ, ਸਾਡਾ ਸਭ ਕੁਛ ਆ, ਪਰ ਅਸੀਂ ਮਰ ਚੁੱਕੇ ਹਾਂ, ਸਾਡੀਆਂ ਜ਼ਮੀਰਾਂ ਮਰ ਚੁੱਕੀਆਂ ਨੇ, ਅਸੀਂ ਸਿਰਫ ਧਰਨੇ ਲਾ ਕੇ ਇੱਥੇ ਬੈਠ ਕੇ ਚਲੇ ਜਾਂਦੇ ਹਾਂ। ਸੋਧੋ, ਚਲੋ ਸਾਡੇ ਨਾਲ ਚੱਲੀਏ, ਪਰਿਵਾਰ ਨੂੰ ਮਿਲੋ ਜਾ ਕੇ, ਪਰਿਵਾਰ ਨੂੰ ਭੱਜਿਆ ਆਊਗਾ ਇੱਥੇ ਉਹ। ਉਹੀ ਗੱਲ ਹੈ ਨਾ ਵੀ ਕਿਤੇ ਨਾ ਕਿਤੇ ਡਰ ਖਤਮ ਹੋ ਗਿਆ ਆ, ਲੋਕਾਂ ਦੇ ਮਨਾਂ 'ਚ ਡਰ ਹੀ ਨਹੀਂ ਆ, ਉਹਨਾਂ ਨੂੰ ਕਹਿੰਦਾ ਲੱਗਦਾ ਵੀ ਕਰ ਕੀ ਲੈਣਗੇ ਸਾਡਾ, ਜੋ ਮਰਜ਼ੀ ਕਰਦੇ ਰਹੀਏ। ਹਾਂਜੀ ਹਾਂ, ਪਰਖ ਲਿਆ ਇਹਨਾਂ ਨੇ 84 ਤੋਂ ਬਾਅਦ ਜੋ ਕੁਛ ਸਾਡੇ ਨਾਲ ਹੋ ਰਿਹਾ, ਇਹਨਾਂ ਨੇ ਪਰਖ ਲਿਆ ਵੀ ਸਿੱਖ ਖਤਮ ਹੋ ਚੁੱਕੇ ਨੇ, ਮਰ ਗਏ ਨੇ, ਪਰ ਜਦੋਂ ਖਾਲਸਾ ਰੂਪ ਦੇਖਣਾ ਇਹਨਾਂ ਨੇ ਨਾ, ਇੱਕ ਇਹ ਦੇਖਿਆ ਦਿੱਲੀ ਦੇ ਵਿੱਚ ਸ਼ੰਭੂ ਜੀ, ਇੱਕ ਇਹ ਦੇਖਿਆ ਹਜੇ ਉੱਥੇ ਹੀ ਮਰ ਗਏ, ਤੜਫ ਗਏ ਵੀ ਗਲਤ ਕੀਤਾ, ਇਹ ਭੈਣਾਂ ਦਾ ਭਰਾ ਸੀ, ਇਹ ਗਰੀਬ ਸੀ, ਪਰ ਜਦੋਂ ਕੋਈ ਬੇਅਦਬੀ ਕਰਦਾ ਉੱਥੇ ਗਰੀਬ ਅਮੀਰ ਨਹੀਂ ਆਉਂਦਾ, ਉੱਥੇ ਮਹਾਰਾਜ ਦੀ ਬੇਅਦਬੀ ਕਰਦਾ। ਮਹਾਰਾਜ ਨੇ ਇਹਨਾਂ ਦਾ ਇਹਨਾਂ ਇਹਨਾਂ ਜਿਹੜੇ ਬਾਂਦਰ ਸੈਨਾ ਨੇ ਇਹਨਾਂ ਦਾ ਵੀ ਸੌਦਾ ਲਗਾਉਣਗੇ। ਇੱਕ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਹੁਣੇ ਐਂਬੂਲੈਂਸ ਲੰਘੀ ਹੈ, ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਜਿਹੜੇ ਧਰਨੇ ਲਗਾ ਕੇ ਬਹਿ ਜਾਂਦੇ ਨੇ ਸਿੱਖ ਜਥੇਬੰਦੀਆਂ, ਧਰਨੇ ਲਗਾ ਕੇ ਬਹਿ ਜਾਂਦੀਆਂ ਨੇ, ਇਹਦੇ ਲੰਘਣ ਨਹੀਂ ਦਿੰਦੇ ਜਿਹੜੇ ਐਮਰਜੈਂਸੀ ਵਾਹਨਾਂ ਨੂੰ, ਲੰਘਣ ਨਹੀਂ ਦਿੰਦੇ। ਮੈਂ ਉਹਨਾਂ ਨੂੰ ਵੀ ਕਹਿਣਾ ਚਾਹੂੰਗੀ, ਤੁਸੀਂ ਵੇਖਿਆ ਹੋਣਾ ਕਿ ਸਾਰੀਆਂ ਗੱਡੀਆਂ ਰੋਕੀਆਂ ਗਈਆਂ ਨੇ, ਪਰ ਐਮਰਜੈਂਸੀ ਦੇ ਵਿੱਚ ਇੱਕ ਐਂਬੂਲੈਂਸ ਨੂੰ ਤੁਰੰਤ ਰਾਹ ਦੇ ਅੱਗੇ ਬਾਹਰ ਕੱਢ ਦਿੱਤਾ ਗਿਆ ਆ। ਤਾਂ ਇਹ ਸੀਗੇ ਨਿਹੰਗ ਜਥੇਬੰਦੀਆਂ ਸਾਡੇ ਨਾਲ ਮੌਜੂਦ ਸੀ, ਜਿਨ੍ਹਾਂ ਦੇ ਵਿੱਚ ਰੋਸ ਭਰਿਆ ਹੋਇਆ, ਕਹਿਣਾ ਹੈ ਕਿ ਜਾਣ ਬੁੱਝ ਕੇ ਸਿੱਖ ਭਾਈਚਾਰੇ ਨੂੰ ਤੋੜਨ ਦੇ ਲਈ ਕੁਝ ਸ਼ਰਾਰਤੀ ਅਨਸਰ ਜਿਹੜੇ ਨੇ ਇਹੋ ਜਿਹੀਆਂ ਬਿਆਨਬਾਜ਼ੀਆਂ ਕਰ ਰਹੇ ਨੇ, ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ।
ਕੀ ਤੁਸੀਂ ਪਰੇਸ਼ਾਨ ਹੋ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਗੁਰੂ ਅਜਮੇਰੀ ਬਾਬਾ ਸੰਪਰਕ ਕਰੋ 9871-70721 ਖੋਇਆ ਪਿਆਰ ਵਾਪਸ ਪਾਓ 24 ਘੰਟੇ ਚ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਿਆਰ ਚ ਧੋਖਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਜ਼ਮੀਨੀ ਝਗੜਾ ਵਿਦੇਸ਼ ਯਾਤਰਾ ਇਮੀਗ੍ਰੇਸ਼ਨ ਮਸਲੇ ਔਲਾਦ ਸੁੱਖ ਬਿਮਾਰੀ ਚ ਦਵਾ ਨਾ ਲੱਗਣਾ ਕੀਤਾ ਕਿਰਾਇਆ ਦਾ ਜੜ ਤੋਂ ਖਾਤਮਾ ਗੁਪਤ ਵਸ਼ੀਕਰਨ ਕਰਾਓ ਮਨ ਚਾਹਾ ਪਿਆਰ ਪਾਓ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰਨ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਇਟਸ ਮਾਈ ਪ੍ਰੋਮਿਸ ਸੰਪਰਕ ਕਰੋ 9871-70721 ਖੁਦਾ ਦੇ ਘਰ ਦੇਰ ਹੈ ਪਰ ਹਨੇਰ ਨਹੀਂ ਕੀ ਤੁਸੀਂ ਪਰੇਸ਼ਾਨ ਹੋ ਅੱਜ ਹੀ ਸੰਪਰਕ ਕਰੋ ਗੁਰੂ ਬਸ਼ੀਰ ਖਾਨ ਕਾਲ ਕਰੋ 9814-60154 ਪਤਾ ਲੁਧਿਆਣਾ ਹਰ ਪਰੇਸ਼ਾਨੀ ਦਾ ਹੱਲ ਪਾਓ 100% ਗਰੰਟੀ ਦੇ ਨਾਲ ਪਰੇਸ਼ਾਨੀ ਜਿਵੇਂ ਵਿਆਹ ਵਿੱਚ ਰੁਕਾਵਟ ਖੋਇਆ ਪਿਆਰ ਵਾਪਸ ਪਾਉਣਾ ਪਤੀ ਪਤਨੀ ਵਿੱਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਇਮੀਗ੍ਰੇਸ਼ਨ ਮਸਲੇ ਔਲਾਦ ਸੁੱਖ ਬੁਰੇ ਸੁਪਨੇ ਬਿਮਾਰੀ ਵਿੱਚ ਦਵਾ ਦਾ ਨਾ ਲੱਗਣਾ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਮੈਗਾ ਮਿਲੀਅਨ ਹਰ ਜਗ੍ਹਾ ਤੋਂ ਨਿਰਾਸ਼ ਤੇ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਨੂੰ ਖੂਨ ਦੇ ਹੰਝੂ ਨਹੀਂ ਰੋਣ ਦਿਆਂਗਾ ਇਟਸ ਮਾਈ ਪ੍ਰੋਮਿਸ ਗੁਰੂ ਬਸ਼ੀਰ ਖਾਨ 9814-60154